ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ। ਲੈ ਸੱਜਣੋ, ਅੱਜ ਆਪਾਂ ਗੱਲ ਕਰਾਵਾਂਗੇ ਜਾਂਟੇ ਵਪਾਰੀ ਨਾਲ। ਲੈ ਥੋੜ੍ਹਾ ਜਿਹਾ ਮਾਫ਼ੀ ਚਾਹੁੰਦੇ ਹਾਂ ਤੁਹਾਡੇ ਤੋਂ, ਵੀਡੀਓ ਪਾਉਣ ਤੋਂ ਲੇਟ ਹੋ ਜਾਂਦੇ ਹਾਂ। ਥੋੜ੍ਹਾ ਜਿਹਾ ਸੱਜਣ ਬਿਮਾਰੀ ਦਾ ਵੀ ਜ਼ਿਆਦਾ ਹੋ ਰਿਹਾ, ਮੂੰਹ ਖੁਰਦਾ, ਉਹਦੇ ਕਰਕੇ ਵੀਡੀਓ ਜਾਣ ਕੇ ਮੰਡੀਆਂ ਮੁੰਡੀਆਂ 'ਤੇ ਬੰਦ ਕਰ ਰੱਖਿਆ ਜਾਣਾ ਵੀ ਚਲੋ ਕਿਸੇ ਦਾ ਕਾਹਨੂੰ ਪਸ਼ੂ ਖਰਾਬ ਕਰੀਏ। ਤਾਂ ਇਸ ਕਰਕੇ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਹਾਂ। ਹੁਣ ਬਿਮਾਰੀ ਤੋਂ ਸੱਜਣੋ ਰਹਿਤ ਆ, ਅਤੇ ਕਰਾਵਾਂ ਗੱਲਾਂ ਬਾਤਾਂ। ਲੈ ਜਿਹੜੇ ਸੱਜਣ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ, ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ। ਅਤੇ ਆਜੋ ਕਰਾਉਣੀਆਂ ਗੱਲਾਂ ਬਾਤਾਂ, ਵੀਡੀਓ ਦੇ ਲਾਸਟ ਤੱਕ ਜੁੜ ਕੇ ਰਹੋ। ਲੈ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ। ਆਜੋ ਮਿਲਦੇ ਹਾਂ। ਲੈ ਸੱਜਣੋ, ਜਾਂਟੇ ਵਪਾਰੀ ਨਾਲ ਕਰਾਉਣ ਲੱਗਿਆ ਗੱਲਬਾਤ। ਸਤਿ ਸ਼੍ਰੀ ਅੰਕਲ ਜੀ। ਸਤਿ ਸ਼੍ਰੀ ਅਕਾਲ ਭਾਈ ਮਹਾਰਾਜ, ਹੋਰ ਠੀਕ ਠਾਕ ਹੋ ਜੀ? ਜਮਾਂ ਕਿਰਪਾ ਮਹਾਰਾਜ ਤੁਹਾਡੀ। ਠੀਕ ਆ। ਲੈ ਸੱਜਣੋ, ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਹਾਂ, ਅਤੇ ਮਾਲ ਦੀ ਖਿੱਚਦੀ ਸਿਆਲ ਕਰਕੇ ਤਾਂ ਕਰਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਸੀ। ਲੈ ਅੱਜ ਦਿਖਾਵਾਂਗੇ ਤੁਹਾਨੂੰ ਚਾਰ ਜਾਨਵਰ। ਲੈ ਅੰਕਲ, ਸੂਈਆਂ ਨੇ ਚਾਰੇ ਝੋਟੀਆਂ? ਚਾਰੇ ਝੋਟੀਆਂ ਹੋਈਆਂ ਨੇ ਜੀ। ਠੀਕ ਹੈ ਠੀਕ ਹੈ। ਕਿੰਨੇ ਕਿੰਨੇ ਦਿਨਾਂ ਦੀ ਸੂਈਆਂ ਨੇ? ਬਾਬਾ ਕੋਈ 10 ਦਿਨਾਂ ਦੀ, ਕੋਈ 5 ਦਿਨਾਂ ਦੀ, ਇੱਕ 20 ਦਿਨਾਂ ਦੀ। ਠੀਕ ਹੈ ਠੀਕ ਹੈ। ਹੈਗੀਆਂ ਨੇ ਸਾਰੀਆਂ ਝੋਟੀ ਬਣੇ? ਹਾਂ ਝੋਟੀਆਂ ਨੇ ਜੀ। ਠੀਕ ਹੈ। ਲੈ ਸੱਜਣੋ, ਪਹਿਲਾਂ ਇੱਕ ਵਾਰ ਤੁਹਾਨੂੰ ਸਾਰੀਆਂ ਝੋਟੀਆਂ ਦੀ ਝਾਤ ਮਰਾ ਦਈਏ, ਫਿਰ ਲਵਾਂਗੇ ਡਿਟੇਲ। ਮੁੱਲ ਵੀ ਵੀਡੀਓ 'ਚ ਕਰਵਾਵਾਂਗੇ, ਕੀ ਰੇਟ ਰੂਟ ਕਰਨਗੇ, ਕਿੰਨਾ ਦੁੱਧ ਆ, ਸਾਰੇ ਡਿਟੇਲ ਲੈ ਕੇ ਦੇਵਾਂਗੇ। ਲੈ ਵੀਡੀਓ ਦੇ ਲਾਸਟ ਤੱਕ ਜੁੜ ਕੇ ਰਹੋ। ਜਿਹੜੀ ਝੋਟੀ ਤੁਹਾਨੂੰ ਚੰਗੀ ਲੱਗੂਗੀ ਤਾਂ ਫੋਨ ਕਰਕੇ ਜ਼ਰੂਰ ਪੁੱਛ ਸਕਦੇ ਹੋ, ਮੋਬਾਈਲ ਨੰਬਰ ਲੈ ਕੇ ਦੇਵਾਂਗੇ ਲਾਸਟ ਦੇ ਵਿੱਚ। ਲੈ ਆ ਜਾਓ, ਕਰਾਉਣੇ ਆ ਗੱਲਬਾਤ। ਲੈ ਅੰਕਲ ਜੀ, ਆਹ ਝੋਟੀ ਦਿਓ ਡਿਟੇਲ, ਕਿਹੜਾ ਸੂਆ ਜੀ ਇਹਦਾ? ਇਹਦਾ ਦੂਜਾ ਜੀ ਸੂਆ ਹੈਗਾ, ਦੂਜਾ। ਠੀਕ ਹੈ। ਦੁੱਧ ਹੁਣ ਇਹਦੇ 15 ਤਿਆਰ ਆਈ ਜਾਣ। ਅੱਛਾ, ਦੁੱਧ ਹੈਗਾ 15 ਕਿਲੋ ਤਿਆਰ ਹੈ। ਹਾਂਜੀ। ਸਿੰਘ ਹੈਗਾ ਸੱਜਣੋ ਥੋੜ੍ਹਾ ਜਿਹਾ ਖੁੱਲ੍ਹਾ, ਪਰ ਜੇ ਆਪਾਂ ਲੇਵੇ ਪੱਖੋਂ ਗੱਲ ਕਰ ਲਈਏ, ਝੋਟੀ ਦਾ ਥਣ ਥਣੌਟ ਦੀ ਪੂਰਾ ਐਨ ਚੰਗਾ ਥਣ ਲੱਗਿਆ ਝੋਟੀ ਨੂੰ। ਸੂਆ ਕਿੰਨੇ ਦਿਨਾਂ ਦਾ ਹੋ ਗਿਆ ਜੀ ਇਹਦਾ? ਇਹਦਾ ਹੋ ਗਿਆ 8 ਦਿਨਾਂ ਦਾ ਜੀ। ਅੱਛਾ, ਲੈ ਮਾੜਾ ਰੋਕ ਲੋ ਰੇ। ਲਓ ਜੀ, ਆਹ ਦੇਖ ਸਕਦੇ ਹੋ ਸੱਜਣੋ, ਥਣ ਥਣ ਦੀ ਕੁਆਲਿਟੀ। ਧਾਰ ਧੂਰ ਕਿਵੇਂ ਚਵਾਈ? ਜਮਾਂ ਓਕੇ ਆ ਜੀ। ਬੋਲੀ ਠੀਕ ਹੈ, ਮੋਟੀ ਧਾਰ। ਅੱਛਾ, ਮੋਟੀ ਧਾਰ। ਕਿੰਨਾ ਕੁ ਦੁੱਧ ਤਿਆਰ ਕਰੀਏ? 15 ਤਿਆਰ ਹੈ ਜੀ ਹੁਣ ਇਸ ਵਕਤ, ਓਕੇ ਦੇਵਾਂਗੇ। ਦੁੱਧ ਹੈਗਾ 15 ਕਿਲੋ ਤਿਆਰ, ਚਵਾਈ ਚਵੂਈ ਦੀ ਕਹਿੰਦੇ ਜੇ ਬੱਚਾ ਬਿਠਾ ਲਓ ਤਾਂ ਵੀ ਨਹੀਂ ਕੋਈ ਗੱਲ ਹੈਗੀ, ਚਵਾਈ ਚਵੂਈ ਦੀ ਝੋਟੀ ਹੈਗੀ ਪੂਰੀ ਚੰਗੀ। ਲੈ ਮੁੱਲ ਪੁੱਛਦੇ, ਬੱਚਾ ਕੀ ਹੈ ਜੀ ਇਹਦਾ? ਕੱਟੀ ਜੀ। ਲੈ ਮਾਂਗਰ ਹੈਗੀ ਆ ਕੱਟੀ ਸੱਜਣੋ, ਦੇਖ ਸਕਦੇ ਹੋ। ਲੈ ਮੁੱਲ ਕਰ ਦਿਓ ਜਾਇਜ਼ ਜੀ, ਕਿੰਨਾ ਕੁ ਮੁੱਲ ਜੀ? ਬਾਕੀ ਮਾਨਤਾ ਨੂੰ ਮੁੱਲ ਜੇ ਕੁਛ ਕਰਾ ਲਓ ਜੀ, ਮੁੱਲ 45 ਹੈ, 1 35 ਦੀ ਦੇਣੀ ਹੈ। ਅੱਛਾ, 1,45,000 ਰੁਪਇਆ ਝੋਟੀ ਦਾ ਮੁੱਲ ਆ, 1 35 ਦੇ ਦਾਂਗੇ। ਠੀਕ ਹੈ, ਇਹ ਚੋਂ ਵੀ ਮਾਨਤਾ ਕਰ ਦਾਂਗੇ ਥੋੜ੍ਹਾ ਬਹੁਤਾ। ਠੀਕ ਹੈ ਜੀ। ਲੈ ਦੂਜੀ ਝੋਟੀ ਸੱਜਣੋ ਆ ਗਈ, ਆਹ ਪਹਿਲਾਂ ਤੁਹਾਨੂੰ ਦਿਖਾ ਦਈਏ ਸਿੰਘ ਸੁੰਘ ਦੀ ਕੁਆਲਿਟੀ, ਛੋਟਾ ਸਿੰਘ ਆ, ਬਰੀਕ ਸਿੰਘ ਦੀ ਆ। ਲੈ ਦਵਾਊ ਜੀ ਕਿਹੜਾ ਇਹਦਾ, ਕਿਹੜਾ ਸੂਆ? ਇਹਦਾ ਵੀ ਦੂਜਾ ਜੀ ਸੂਆ, ਇਹ ਝੋਟੀਆਂ ਤਿੰਨੇ ਦੂਜੀ ਵਾਲੀਆਂ ਨੇ। ਅੱਛਾ ਠੀਕ ਹੈ। ਲੈ ਜਿਹੜੇ ਹਿਸਾਬ ਨਾਲ ਸੱਜਣੋ ਝੋਟੀ ਦਾ ਸੁਨੱਖੀ ਆ, ਉਸੇ ਤਰ੍ਹਾਂ ਹੈਗਾ ਥਣ ਥੁਣ ਲੱਗਿਆ ਚੰਗਾ। ਇਹਦੇ ਥੱਲੇ ਬੱਚਾ ਜੀ? ਹਾਂ, ਇਹ ਵੀ ਇਹ ਮਗਰ ਵੀ ਕੱਟੀ ਆ ਜੀ, ਇਹਦੇ ਮਗਰ ਵੀ ਲੈ ਸੱਜਣੋ ਕੱਟੀ ਆ। ਇਹ ਕਿੰਨਾ ਦੁੱਧ ਤਿਆਰ ਕਰੀ ਆ? ਇਹਦੇ 13 ਲੀਟਰ ਹੈ ਜੀ ਦੁੱਧ, ਹੈਗਾ 13 ਲੀਟਰ। ਕਿੰਨੇ ਕਿੰਨੇ ਦਿਨਾਂ ਸੂਆ ਜੀ ਇਹਦਾ? ਇਹਦੇ 8 ਦਿਨ ਹੋ ਗਏ ਜੀ ਇਹਨੂੰ। ਅੱਛਾ, ਸੂਆ ਹੈਗਾ 8 ਦਿਨਾਂ ਦਾ, ਲੈ ਮੋੜ ਲਿਓ। ਲੈ ਆਹ ਦੇਖ ਸਕਦੇ ਥਣ ਲੇਵੀ ਦੀ ਕੁਆਲਿਟੀ ਸੱਜਣੋ, ਝੋਟੀ ਦਾ ਕੱਦ ਹੈਗਾ ਪੂਰਾ ਚੰਗਾ। ਲੈ ਵੀਡੀਓ ਬਣਾ ਰਹੇ ਹਾਂ ਆਪਾਂ 2 ਵਜੇ, ਦੇਖ ਸਕਦੇ ਹੋ ਹੱਥ ਨੇ ਜਾ ਕੇ ਡੰਗ ਤੇ, ਪਰ ਪਸ਼ੂ ਬਣਦੇ ਬਹੁਤ ਨੇ। ਹਾਂ, ਇਹਦਾ ਮੁੱਲ ਮੱਲ ਦੱਸ ਦਿਓ ਜੀ, ਕੀ ਮੁੱਲ ਕਰਦੇ? ਇਹਦਾ 1,40 ਹੈ ਜੀ। 1,40,000 ਕਿੰਨੇ ਦੇ ਦੇਵਾਂਗੇ? 1,30 ਦੀ, ਹਾਂ ਨਾ ਚ। ਅੱਛਾ, 1,30 ਦੀ ਝੋਟੀ ਦੇ ਦਾਂਗੇ। ਸੂਆ ਦੂਜਾ ਦੰਦਾਂ 'ਚ ਤਾਂ ਨਹੀਂ ਆਇਆ? ਹਾਂਜੀ, ਦੰਦਾਂ 'ਚ ਤਾਂ ਨਹੀਂ? ਨਹੀਂ ਨਹੀਂ ਦੰਦਾਂ 'ਚ ਨਹੀਂ ਜੀ। ਠੀਕ ਹੈ, ਲੈ ਦੇਖ ਸਕਦੇ ਹੋ। ਲੈ ਤੀਜੀ ਝੋਟੀ ਦਿਖਾਉਣਾ ਤੁਹਾਨੂੰ, ਇਹਦਾ ਕਿਹੜਾ ਸੂਆ ਜੀ? ਇਹਦਾ ਵੀ ਦੂਜਾ ਜੀ। ਇਹਦਾ ਵੀ ਸੂਆ ਇਹ ਹਰਿਆਣੇ ਦੀਆਂ ਨੇ ਜੀ, ਗਲਾੜੀ ਦੀਆਂ। ਗਲਾੜੀ ਦੀਆਂ? ਹਾਂਜੀ। ਸੱਜਣੋ ਪਿੰਡ ਵੀ ਦੱਸਦਾ ਗਲਾੜੀ ਦੇ ਲਿਆਉਂਦੇ, ਜ਼ਿਲ੍ਹਾ ਕਿਹੜਾ ਪੈਂਦਾ? ਜ਼ਿਲ੍ਹਾ ਦੇਖ ਲੈ, ਗਲਾਡੀ ਨੂੰ ਕਿਹੜਾ ਪੈਂਦਾ? ਠੀਕ ਹੈ। ਬੱਚਾ ਕੀ ਇਹਦਾ? ਬੱਚਾ ਇਹਦਾ ਕੱਟਾ ਜੀ, ਇਹਦੇ ਮਗਰ ਕੱਟਾ। ਇਹ ਹੈਗੀ 20 ਦਿਨਾਂ ਦੀ ਲਗਭਗ, ਹੈ ਨਾ? ਹਾਂਜੀ ਠੀਕ ਹੈ। ਲੈ ਦਵਾ ਫਿਰ ਇਹਦਾ ਕਿਹੜਾ?
ਲੈ ਸਿੰਘ ਸੁੰਘ ਦੇਖਦਾ ਜਿਹਨੂੰ ਛੋਟਾ ਰਿੰਗ ਸਿੰਘ ਆ, ਗੋਲ ਸਿੰਘ ਜਿਹਨੂੰ ਆਪਾਂ ਕਹਿੰਦੇ ਆ ਵੀ ਆਪਾਂ ਹਰਿਆਣੇ ਦੀ ਝੋਟੀ ਆ, ਉਸ ਤਰ੍ਹਾਂ ਦੀ ਜਾਤ ਕਰਦੀ ਆ। ਪੂਰੀ ਚੰਗੀ ਹੈ, ਦੇਖ ਸਕਦੇ ਹੋ। ਇਹ ਕਿੰਨੇ ਦੇ ਦਾਂਗੇ? ਇਹ 1.40 ਅੱਜ ਦੀ ਦੇ ਦਾਂਗੇ, ਡੂੜਾ ਮੁੱਲ ਜੀ। ਅੱਛਾ, 1.40 ਦੇ ਦਾਂਗੇ। 1.40 ਦੇ ਦਾਂਗੇ, ਮੁੱਲ ਹੈਗਾ 1.5 ਲੱਖ ਰੁਪਇਆ। ਅਗਲੀ ਝੋਟੀ ਸੱਜਣਾ ਦਿਖਾਉਣਾ ਤੁਹਾਨੂੰ ਇਹ। ਇਹਦਾ ਕਿਹੜਾ ਸੂਆ ਜੀ? ਇਹਦਾ ਤੀਜਾ ਜੀ। ਇਹਦਾ ਹੈਗਾ ਤੀਜਾ ਸੂਆ, ਥੋੜ੍ਹਾ ਜਿਹਾ ਮਹੀਆਂ 'ਚ ਪੈਂਦੀ ਆ ਸਿੰਘ, ਇਹਦਾ ਵੀ ਖੁੱਲ੍ਹਾ। ਪਰ ਜੇ ਆਪਾਂ ਬੋਡੀ ਬਣਤਰ ਦੀ ਗੱਲ ਕਰੀਏ, ਪੂਰੀ ਚੰਗੀ ਆ। ਬੱਚਾ ਕੀ ਆ ਜੀ ਇਹਦਾ? ਇਹਦਾ ਕੱਟਾ ਜੀ। ਇਹਦਾ ਕੱਟਾ, ਇਹ 25 ਦਿਨਾਂ ਦੀ ਸੂਈ ਆ ਜੀ। ਅੱਛਾ, ਮਹੀਨਾ ਹੋ ਗਿਆ ਲਗਭਗ? ਹਾਂ, ਮਹੀਨਾ। ਠੀਕ ਆ, ਚਲੋ ਦਬਾਓ ਜੀ ਕਿਹੜਾ। ਲੈ, ਵਪਾਰੀਆਂ ਦੇ ਦਿਨ ਹੁੰਦੇ ਨੇ ਸੱਜਣ, ਜੇ ਆਪਾਂ ਮੋਟਾ ਹਿਸਾਬ ਮੰਨੀਏ ਵੀ ਮਹੀਨਾ 2-4 ਦਿਨ ਬਾਹਰ ਵੀ ਹੋ ਸਕਦੀ, ਅੰਦਰ ਵੀ ਹੋ ਸਕਦੀ ਆ। ਥੋੜਾ ਜਿਹਾ ਅੰਦਰ ਨੂੰ ਲੇਵਾ, ਟਾਈਟ ਜਿਹਾ ਲੇਵਾ। ਇਹਦੇ ਥੱਲੇ ਦੁੱਧ ਜੀ? ਇਹਦੇ ਥੱਲੇ 10 ਹੈ ਜੀ। ਅੱਛਾ, ਦੁੱਧ ਹੈਗਾ 10। ਲੈ, ਮੁੱਲ ਵੀ ਫਿਰ 10 ਵਾਲੀ ਕਰਾਂਗੇ ਆਪਾਂ। ਹਾਂ ਜੀ, ਹਾਂ ਜੀ, ਮੁੱਲ ਵੀ 10 ਵਾਲੀ ਕਰਾਂਗੇ। ਠੀਕ ਹੈ, ਲੈ ਦੇਖ ਸਕਦੇ ਹੋ। ਇਹ ਕਿੰਨੇ ਦੇ ਦਾਂਗੇ? ਇਹ ਪੂਰੀ, ਹਾਂ ਨਾ ਜੀ, ਮੁੱਲ 1,00,000 ਜੀ, 95 ਦੀ ਦੇ ਦਾਂਗੇ। 95? ਹਾਂ ਜੀ। ਲੈ, ਮੁੱਲ ਕਰਦੇ ਨੇ ਸੱਜਣ 1,95,000 ਦੀ। ਇਹ 'ਚੋਂ ਵੀ ਹੋ ਜੂਗਾ, ਮਨ ਤਾਂ 90 ਦੀ ਝੋਟੀ ਤੁਹਾਨੂੰ ਦਵਾ ਦਾਂਗੇ ਮੌਕੇ 'ਤੇ। ਦੁੱਧ ਵਧੂਗੀ ਹੋਰ? ਹਾਂ ਜੀ, ਹਾਂ, ਇਹਦਾ ਕੱਲਾ ਹੀ ਆ ਜੀ, ਭੁੱਖ ਚਵਾਈ ਹੈ। ਅੱਛਾ, ਦੁੱਧ ਕਿਵੇਂ ਦਾ ਵਧੇ ਮੈਂ? ਠੀਕ ਹੈ, ਠੀਕ ਹੈ, ਚਵਾਈ 1 ਨੰਬਰ ਹੈ। ਠੀਕ ਹੈ, ਲੈ ਸੱਜਣੋ, ਇੱਕ ਵਾਰੀ ਫਿਰ ਜਾਤ ਮਰਾ ਦੀ ਸਾਰੇ ਪਸ਼ੂਆਂ 'ਤੇ ਤੁਹਾਨੂੰ। ਲੈ, ਮੁੱਲ ਦੁਬਾਰੇ ਫਿਰ ਜਾਣੂ ਕਰਾ ਦਾਂਗੇ ਤੁਹਾਨੂੰ। 4 ਪਸ਼ੂ ਨੇ, ਬੱਚੇ ਅੱਗੇ ਬੰਨੇ ਹੋਏ, ਦੇਖ ਸਕਦੇ ਹੋ। ਲੈ, ਆਹ ਝੋਟੀ ਦਾ ਮੁੱਲ ਦੁਬਾਰੇ ਦੱਸਿਓ ਜੀ, ਕੀ ਕਰਦੇ ਆ? ਇਹਦਾ 1.45 ਜੀ। 1.45, 1,35,000 ਦੀ ਹੈ? ਹਾਂ ਹਾਂ, ਨਾ 1.35 ਦੀ, ਹਾਂ ਨਾ, ਝੋਟੀ ਹੋ ਜੂਗੀ। ਇਹਦਾ ਕੀ ਕਰਿਆ ਦੀ ਜੀ? ਇਹਦਾ 1.40 ਕਰਿਆ ਦੀ, 1.30 ਦੀ। 1.40 ਮੁੱਲ ਕਰਿਆ ਦੀ, ਇਹ ਦੇ ਦਾਂਗੇ 1,30,000 ਦੀ। ਦੇਖ ਸਕਦੇ ਹੋ ਆਹ ਝੋਟੀ ਤੀਜੀ, 1.5 ਕਰਿਆ ਦੀ ਜੀ, 1.40 ਦੀ ਦੇ ਦਾਂਗੇ, 40 ਦੀ। ਇਹ 1.40 ਦੇ ਦਾਂਗੇ, 1.5 ਮੁੱਲ ਕਰਿਆ ਦੀ ਇਹਦਾ। ਠੀਕ ਹੈ, ਲੈ ਆਹ ਦੇ ਦਾਂਗੇ 95,000 ਦੀ ਮੁੱਲ ਕਰਿਆ ਦੀ, ਇਹਦਾ 1,00,000। ਲੈ, ਮੋਬਾਈਲ ਨੰਬਰ ਲੈ ਕੇ ਦਿੰਦੇ ਹਾਂ ਸੱਜਣ, ਕਿਹੜੇ ਵੀ ਸੱਜਣ ਨੇ ਪਸ਼ੂ ਖਰੀਦਣਾ ਤਾਂ ਸੰਪਰਕ ਕਰ ਲਿਓ ਜੀ, ਤਸੱਲੀ ਕਰਕੇ 2-4 ਡੰਗ ਚੋ ਕੇ ਪਸ਼ੂ ਜ਼ਰੂਰ ਖਰੀਦ ਸਕਦੇ ਹੋ। ਲੈ, ਮੋਬਾਈਲ ਨੰਬਰ ਬੋਲ ਦਿਓ ਜੀ। 98763 98763 ਜੀ। 099978 099978 ਹਾਂਜੀ। ਤੇ ਆਪਣੇ ਨਵੇਂ ਸੱਜਣ ਜਿਹੜੇ ਆਉਂਦੇ ਨੇ ਤੁਹਾਡੇ ਲਵੇ, ਤਾਂ ਆਪਣਾ ਐਡਰੈਸ ਦੱਸ ਦਿਓ ਵੀ ਕਿੱਥੇ ਕ ਆਪਣਾ ਘਰ। ਮਹਾਰਾਜ ਆਪਣਾ ਸ਼ਾਲੀ ਲਵੇ ਸੰਗਤੀ ਵਾਲਾ। ਠੀਕ ਹੈ, ਸਲਾਮ ਇਹ ਚ ਪੈਂਦਾ ਸ਼ਗਲੂਰ। ਠੀਕ ਹੈ, ਠੀਕ ਹੈ, ਜਦੋਂ ਆਪਾਂ ਸਨਾਮ ਤੋਂ ਲਹਿਰੇ ਗਾਗੇ ਨੂੰ ਜਾਂਦੇ ਹਾਂ, ਸ਼ਾਲੀ ਪਿੰਡ ਤੋਂ ਅੱਗੇ 2 ਕਿਲੋਮੀਟਰ ਹੈ। ਹਾਂਜੀ, ਹਾਂ, 4 ਸਾਲ ਹੈ। ਠੀਕ ਹੈ, ਠੀਕ ਹੈ, ਸੰਗੂ ਆਪਣਾ ਸਕੂਲ ਦੇ ਲਓ, ਸਰਕਾਰੀ ਸਕੂਲ ਦੇ ਲਵੇ ਘਰ ਆ ਗਿਆ। ਹਾਂਜੀ, ਜ਼ਿਲ੍ਹਾ ਆ ਗਿਆ ਸੰਗਰੂਰ ਸੱਜਣੋ। ਹਾਂਜੀ, ਦੇਖ ਸਕਦੇ ਹੋ। ਲੈ, ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ।